ਸਭ ਨੂੰ ਵਿਆਪਾਰੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਪਟੀਸ਼ਨ ਅਤੇ ਮੈਂ ਕਮਲਦੀਪ ਸਿੰਘ। 31 ਜਨਵਰੀ ਦਿਨ ਸ਼ੁੱਕਰਵਾਰ ਦੀ ਫਿਲਮ ਰਿਲੀਜ਼ ਹੋਈ ਹੈ ਜੀ, ਗਾਂਧੀ ਫਿਰ ਆ ਗਿਆ। ਆਪਾਂ ਪਹੁੰਚੇ ਹੋਏ ਹਾਂ ਕੋਸਮੋ ਮਾਲ ਜੀਤਪੁਰ ਵਿਖੇ, ਜਿੱਥੇ ਉਸ ਫਿਲਮ ਦਾ ਸਪੈਸ਼ਲ ਸ਼ੋਅ ਰੱਖਿਆ ਗਿਆ, ਸਪੈਸ਼ਲ ਸਕਰੀਨਿੰਗ ਆ, ਅਤੇ ਬਹੁਤ ਸਾਰੀ ਸਟਾਰਕਾਸਟ ਪਹੁੰਚ ਰਹੀ ਆ, ਅਤੇ ਆਰੀਆ ਬੱਬਰ ਭਾਅ ਜੀ ਖੁਦ ਆਪ ਆ ਰਹੇ ਆ। ਦੇਖਦੇ ਆਪਾਂ ਕੌਣ ਕੌਣ ਆਉਂਦਾ ਇਸ ਫਿਲਮ ਦੀ ਸਕਰੀਨਿੰਗ, ਅਤੇ ਕਰਦੇ ਉਹਨਾਂ ਦੇ ਨਾਲ ਗੱਲਬਾਤ, ਕਰਦੇ ਮੂਵੀ ਇੰਜੋਏ। ਗਾਂਧੀ ਫਿਰ ਆ ਗਿਆ, ਲੈਟਸ ਸਟਾਰਟ, ਆ ਜਾਓ। ਫਾਈਨਲੀ ਡਾਇਰੈਕਟਰ ਸਾਹਿਬ ਸਾਡੇ ਨਾਲ ਆ ਸਰ, ਕੀ ਹਾਲ ਚਾਲ ਆ ਜੀ? ਵਧੀਆ ਵਧੀਆ ਵੀਰੇ, ਬਹੁਤ ਸੋਹਣਾ ਬਹੁਤ ਸੋਹਣਾ। ਕਿੰਦਰ ਸਿੰਘ ਜੀ ਦੇ ਦਿਮਾਗ 'ਚ ਕੀ ਚੱਲ ਰਿਹਾ ਇਸ ਟਾਈਮ? ਇਸ ਟਾਈਮ 'ਤੇ ਬਸ ਵਿਊ ਇੱਦਾਂ ਦਾ ਚੱਲ ਰਿਹਾ ਕਿ ਮੈਂ ਦੱਸ ਹੀ ਨਹੀਂ ਸਕਦਾ ਕਿ ਲੋਕਾਂ ਨੂੰ ਕਿੱਦਾਂ ਦੀ ਪਸੰਦ, ਕੀ ਹਿਸਾਬ ਦਾ, ਕਿਉਂਕਿ ਜਿਹੜੀ ਪਬਲਿਕ ਆ ਉਹ ਸਾਡਾ ਰੱਬ ਹੀ ਆ। ਜੇ ਪਬਲਿਕ ਵੇਖੇਗੀ ਜਾ ਕੇ ਫਿਰ ਸਾਨੂੰ ਵਿਊ ਦੇਵੇ ਤਾਂ ਜ਼ਿਆਦਾ ਬੈਟਰ ਹੈ। ਐਕਸਪੈਕਟੇਸ਼ਨ ਬਹੁਤ ਹੈ ਸਾਨੂੰ ਇਸ ਫਿਲਮ ਤੋਂ, ਉਹ ਤਾਂ ਸਾਰਿਆਂ ਨੂੰ ਹੈਗੀ, ਸਾਨੂੰ ਵੀ ਹੈਗੀ, ਕਿਉਂਕਿ ਮੇਰੀ ਵੀ ਪਹਿਲੀ ਫਿਲਮ ਹੈ, ਆਰਿਆ ਦੀ ਵੀ ਪਹਿਲੀ ਫਿਲਮ ਹੈ, ਅਤੇ ਇਹ ਕਰਕੇ ਆਪਾਂ ਸਾਰੇ ਹੀ ਇਹ ਉਮੀਦ ਤੋਂ ਇਹ ਲੈ ਕੇ ਬੈਠੇ ਹਾਂ ਵੀ ਲੋਕਾਂ ਨੂੰ ਵੀ ਅੱਛੀ ਲੱਗੇ, ਅੱਗੋਂ ਵਧੀਆ ਫਿਲਮਾਂ ਬਣਾਈ ਆਪਾਂ। ਅਤੇ ਦਿਲ ਦੀ ਧੜਕਣ ਦੀ ਹਾਰਟ ਬੀਟ 19 ਆ ਜਾਂ ਵੱਧ ਚੁੱਕੀ ਹੈ? ਵੱਧ ਚੁੱਕੀ ਹੈ, ਕਹਿਣ ਦੀ ਗੱਲ ਨਹੀਂ, ਵੱਧ ਚੁੱਕੀ ਹੋ, ਅਤੇ ਫਿਲਮ ਜਦੋਂ ਵੇਖਾਂਗੇ ਉਹਦੇ ਬਾਅਦ ਮੈਨੂੰ ਆ ਕੇ ਦੇਖਣ, ਫਿਰ ਹੀ ਘਟੂਗੀ ਥੋੜ੍ਹੀ, ਹੁਣ ਤਾਂ ਵਧੀ ਪਈ ਹੈ। ਜ਼ਿਆਦਾ ਨਾ ਵੱਜ ਵੀ ਆਪਾਂ ਫਿਲਮ ਦੇਖਦੇ ਹਾਂ, ਪੇ ਕਰਦੇ ਹਾਂ ਫਿਲਮ ਦੇਖ ਕੇ, ਠੀਕ ਹੈ ਜੀ। ਅਤੇ ਇੰਟਰਵਲ ਹੋ ਚੁੱਕਾ ਜੀ, ਗਾਂਧੀ ਫਿਰ ਆ ਗਿਆ ਫਿਲਮ ਦਾ, ਅਤੇ ਮੇਰੇ ਨਾਲ ਆ ਵਨ ਐਂਡ ਓਨਲੀ ਰਾਜ ਬੱਬਰ ਸਰ, ਬਹੁਤ ਬਹੁਤ ਸਵਾਗਤ ਹੈ ਮਿਲਦਾ ਪੰਜਾਬੀ। ਅੱਛੀ ਫਿਲਮ ਹੈ, ਖਾਸ ਕਰ ਕਲਿੰਦਰ ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਕੰਮ ਬਹੁਤ ਜ਼ਬਰਦਸਤ ਲੱਗ ਰਿਹਾ, ਔਰ ਵਾਕਈ ਜੋ ਐਕਸ਼ਨ ਫਿਲਮ ਦੀ ਜੋ ਸੋਰੇ ਉਹਨਾਂ ਨੇ ਬਣਾ ਕੇ ਰੱਖਿਆ ਹੋਇਆ, ਆਰ ਨੇ ਅੱਛਾ ਕੰਮ ਕੀਤਾ। ਮੈਂ ਐਜ਼ ਐਨ ਐਕਟਰ ਕਹਿ ਸਕਦਾ ਕਿ ਉਹਨੇ ਪਹਿਲੇ ਨਾਲੋਂ ਬਹੁਤ ਇੰਪਰੂਵ ਕੀਤਾ, ਔਰ ਜੋ ਮੈਚਿਓਰਿਟੀ ਉਹਦੇ ਚਿਹਰੇ 'ਤੇ, ਔਰ ਜੋ ਜਿਸ ਤਰ੍ਹਾਂ ਦੀ ਜੋ ਸੀਨ ਉਹਨਾਂ ਦੀ ਰਿਕੁਆਇਰਮੈਂਟ ਹੈ, ਉਹਨਾਂ ਨੂੰ ਬਖੂਬੀ ਉਹ ਨਿਭਾ ਰਿਹਾ, ਔਰ ਮੈਂ ਉਮੀਦ ਕਰਨਾ ਕਿ ਆਡੀਅੰਸ ਦਾ ਆਸ਼ੀਰਵਾਦ ਮਿਲੇ ਇਸ ਫਿਲਮ ਨੂੰ। ਸਰ ਕਿੱਦਾਂ ਦਾ ਮਹਿਸੂਸ ਹੁੰਦਾ ਜਿਹਨੂੰ ਹੱਥਾਂ 'ਚ ਪਾਲਿਆ, ਜਨਮ ਦਿੱਤਾ ਦੀ ਐਡੀ ਵੱਡੀ ਸਕਰੀਨ 'ਤੇ ਦੇਖ ਰਹੇ ਹੋ ਤੁਸੀਂ ਉਹਨਾਂ ਨਾਲ? ਟੈਨਸ਼ਨ ਹੁੰਦੀ, ਖੁਸ਼ੀ ਵਾਲੀ ਟੈਨਸ਼ਨ ਨੂੰ ਲੱਗਦਾ ਅਲੱਗ, ਖੁਸ਼ੀ ਦੀ ਟੈਨਸ਼ਨ ਨਾਲ ਨਾਲ ਹੁੰਦਾ ਇਹਨਾਂ 'ਚ, ਉਸ ਦੀ ਐਕਸੈਪਟੈਂਸ, ਕਿਉਂਕਿ ਫਿਲਮ ਇਵੈਂਚੁਅਲੀ ਜਿਹੜੀ ਹੈ, ਐਕਟਰ ਮਿਹਨਤ ਕਰਦਾ, ਡਾਇਰੈਕਟਰ ਉਹਨੂੰ ਬਣਾਉਣ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ, ਰਾਈਟਰ ਪ੍ਰੋਡਿਊਸਰ ਸਭ ਦਾ ਪ੍ਰਯਾਸ ਹੁੰਦਾ, ਮਿਹਨਤ ਹੁੰਦੀ, ਲੇਕਿਨ ਫੈਸਲਾ ਤਾਂ ਆਡੀਅੰਸ ਨੇ ਦੇਣਾ ਹੁੰਦਾ। ਅਤੇ ਦੇਖੋ, ਬਸ ਅਸੀਂ ਦੁਆ ਕਰਨੇ ਹਾਂ ਕਿ ਜਿਹੜੇ ਐਗਜ਼ਾਮਨਰ ਨੇ, ਜਿਹੜੇ ਆਡੀਅੰਸ ਸੀ, ਉਹ ਇਸ ਫਿਲਮ ਨੂੰ ਪਾਸ ਕਰੇ। ਇੱਕ ਵਾਰੀ ਫਿਲਮ ਖਤਮ ਹੋਣ ਤੋਂ ਬਾਅਦ ਅਸੀਂ ਤੁਹਾਡੇ ਕੋਲ ਦੌਰਾ ਜ਼ਰੂਰ ਜ਼ਰੂਰ, ਜਦ ਤੱਕ ਅਸੀਂ ਮੈਮ ਨਾਲ ਕਰ ਲਈ ਗੱਲਬਾਤ। ਮੈਮ ਕੀ ਹਾਲ ਚਾਲ ਹੈ ਜੀ? ਬਸ ਜੀ, ਅੱਛਾ ਹਾਲ ਹੈ, ਬਹੁਤ ਅੱਛੀ ਲੱਗੀ, ਬਹੁਤ ਹੀ ਅੱਛੀ, ਹਾਂ ਬਹੁਤ ਮਜ਼ਾ ਆ ਗਿਆ, ਬਹੁਤ ਬਹੁਤ ਦਿਨ ਕੇ ਬਾਅਦ ਬੜੀਆ ਪੰਜਾਬੀ ਫਿਲਮ ਦੇਖ ਰਹੀ ਹਾਂ। ਲੁੱਕ ਬਾਰੇ ਕੀ ਕਹਿਣਾ ਚਾਹੁੰਗੇ? ਆਰਿਆ ਬੱਬਰ ਤਾਂ ਹੈ ਹੀ ਸਭਸੇ, ਬਹੁਤ ਅੱਛਾ ਹੈ, ਮੇਰਾ ਬੇਟਾ ਹੈ, ਮੈਂ ਕਿਆ ਕਹੂੰ, ਜ਼ਿਆਦਾ ਜ਼ਿਆਦਾ ਬੋਲਣਾ ਵੀ ਨਹੀਂ ਚਾਹੀਦਾ, ਲੋਕ ਕਹਿੰਗੇ ਆਪਣੇ ਬੇਟੇ ਕੀ ਤਾਰੀਫ ਕਰ ਰਹੀ, ਲੇਕਿਨ ਬਹੁਤ ਅੱਛਾ ਐਕਟਰ ਹੈ, ਮਿਹਨਤ ਕੀ ਹੈ ਉਸਨੇ ਬਹੁਤ। ਥੈਂਕ ਯੂ ਸੋ ਮਚ ਮੈਮ, ਇੱਕ ਵਾਰੀ ਮੂਵੀ ਤੋਂ ਬਾਅਦ। ਥੈਂਕ ਯੂ, ਆਪ ਲੋਕ ਕਾ ਥੈਂਕ ਯੂ। ਕਹਿੰਦੇ ਹੁਣ ਜੇ ਆਪਣੇ ਮੁੰਡੇ ਦੀ ਆਪ ਤਾਰੀਫ ਕਰੂੰਗੀ ਸਾਰਿਆਂ ਨੇ ਕਹਿਣਾ ਕੀ ਹੋ ਜਾਂਦਾ, ਬਟ ਹੁਣ ਤਾਂ ਫਾਈਨਲੀ ਫਿਲਮ ਸਾਰਿਆਂ ਨੇ ਦੇਖ ਲਈ, ਹੁਣ ਤਾਂ ਤਾਰੀਫ ਕਰਨੀ ਬਣਦੀ ਹੈ ਜੀ। ਬਹੁਤ ਅੱਛਾ ਕੰਮ ਕੀਆ ਹੈ ਸਭ ਲੋਕੋਂ ਨੇ ਕੀਆ ਹੈ, ਸਿਰਫ ਆਰਿਆ ਬੱਬਰ ਨੇ ਨਹੀਂ, ਆਰਿਆ ਬੱਬਰ ਤਾਂ ਹੀਰੋ ਹੈ, ਉਸਨੇ ਤਾਂ ਅੱਛਾ ਕੀਆ ਹੀ ਹੈ, ਉਹ ਬਿਹਤਰੀਨ ਐਕਟਰ ਹੈ, ਬਚਪਨ ਸੇ ਐਕਟਿੰਗ ਕਰ ਰਹਾ ਹੈ, ਲੇਕਿਨ ਸਭ ਲੋਕੋਂ ਨੇ, ਅਬ ਯਹਾਂ ਪੇ ਹਮਾਰੇ ਪੁਲਿਸ ਇੰਸਪੈਕਟਰ ਖੜੇ, ਨੇਹਾ ਮਲਿਕ ਹੈ ਆਪਕੇ ਪੀਛੇ, ਨੇਹਾ ਮਲਿਕ ਜੀ ਹੈ, ਜੋ ਇਤਨਾ ਅੱਛਾ ਮਤਲਬ ਸਭ ਨੇ ਕੀਆ ਹੈ, ਪੂਰੀ ਫਿਲਮ, ਪੂਰੀ ਫਿਲਮ ਔਨ ਦਾ ਹੋਲ ਸੋਨਾਕਸ਼ੀ, ਯੈਸ ਸੋਨਾਕਸ਼ੀ, ਵੈਰੀ ਨਾਈਸ, ਵੈਰੀ ਨਾਈਸ ਬੇਟੇ, ਆਪਨੇ ਵੀ ਬਹੁਤ ਅੱਛਾ ਕੀਆ, ਮਤਲਬ ਮੇਰੇ ਲਈ ਥੋੜ੍ਹਾ ਮੁਸ਼ਕਿਲ ਹੈ ਇਹ ਕਹਿਣਾ ਕਿ ਕੌਣ ਸਭਸੇ ਅੱਛਾ ਥਾ, ਕੌਣ ਥੋੜ੍ਹਾ, ਸਭੀ ਨੇ ਇਤਨੀ ਮਿਹਨਤ ਕੀ, ਔਰ ਸਭ ਨੇ ਬਹੁਤ ਅੱਛਾ ਕੀਆ। ਸਭਸੇ ਅੱਛੇ ਤੇ ਕਪਿਲ ਬਾਜੀ ਬਾਈਕ ਪੇ, ਪਤਰਾ ਜੀ ਦਾ ਆਏ ਸੀ। ਮੈਮ ਤੁਸੀਂ ਕੀ ਕਹਿਣਾ ਚਾਹੋਗੇ ਫਿਰ, ਤੁਸੀਂ ਜਿਹੜਾ ਮੁੰਡਾ ਸਾਰਿਆਂ ਨੂੰ ਕੁੱਟ ਰਿਹਾ ਉਹਨੂੰ ਪਿਆਰ ਕਰੀ ਜਾਂਦੇ, ਡਰ ਨਹੀਂ ਲੱਗਦਾ?
ਨਹੀਂ ਤਾਂ ਹੀ ਤਾਂ ਪਿਆਰ ਕਰਦੀ ਹਾਂ ਕਿਉਂਕਿ ਸਾਰਿਆਂ ਨੂੰ ਕੁੱਟ ਰਿਹਾ ਹੈ ਕਿਸੇ ਤੋਂ ਡਰਦਾ ਨਹੀਂ ਹੈ ਕਹਿਣ ਤਾਂ ਪਾਵ ਰੀਅਲ ਲਾਈਫ 'ਚ ਇੱਦਾਂ ਦਾ ਮੁੰਡਾ ਚਾਹੀਦਾ ਜਿਹੜਾ ਸਾਰਿਆਂ ਨੂੰ ਕੁੱਟ ਨਹੀਂ ਪਰ ਜਿਹੜੀ ਮੇਰੀ ਰਕਸ਼ਾ ਤਾਂ ਕਰ ਸਕੇ ਮਤਲਬ ਮੇਰੀ ਰਾਖੀ ਕਰ ਸਕੇ ਇੱਦਾਂ ਦਾ ਤਾਂ ਮੁੰਡਾ ਚਾਹੀਦਾ ਤੁਹਾਡਾ ਵੀ ਬਹੁਤ ਸੋਹਣਾ ਸੀਗਾ ਮੈਮ ਜੀ ਅਤੇ ਮਜ਼ਾ ਆ ਗਿਆ ਜੀ ਸਰ ਟੀਮ ਵਰਕ ਅਤੇ ਕਿੰਦਰ ਸਿੰਘ ਸਾਨੂੰ ਲੱਭੇ ਨਹੀਂ ਸਿੰਘ ਕਿੰਦਰ ਸਾਹਿਬ ਕਿੱਥੇ ਆ ਸਰ ਆ ਜਾਓ ਆ ਜਾਓ ਕਿੰਦਰ ਸਰ ਅਤੇ ਫਾਈਨਲੀ ਕਿੰਦਰ ਸਿੰਘ ਜੀ ਗ੍ਰਿਪ ਕਮ ਨਹੀਂ ਹੋਤਾ ਔਰ ਹਮਾਰੀ ਨਜ਼ਰ ਯਹਾਂ ਵਹਾਂ ਨਹੀਂ ਹੋਤੀ ਕਮਾਲ ਕੀ ਫਿਲਮ ਬਣਾਈ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਮੈਂ ਵੀ ਇਹ ਜਿਹੜੇ ਵਿਊ ਸੀਗੇ ਇਹ ਲੈਣ ਵਾਸਤੇ ਤਰਸ ਰਿਹਾ ਸੀ ਮੈਂ ਬਹੁਤ ਖੁਸ਼ ਹਾਂ ਕਿ ਸਾਰਿਆਂ ਨੇ ਬਹੁਤ ਪਸੰਦ ਕੀਤੀ ਹੈ ਵੈਰੀ ਹੈਪੀ ਅਤੇ ਇੱਦਾਂ ਸਾਰਿਆਂ ਨੂੰ ਕਹਾਂਗਾ ਵੀ ਸਾਰੇ ਵੇਖਣ ਔਰ ਫੈਮਿਲੀ ਦੇ ਨਾਲ ਵੇਖਣ ਇਸੇ ਨੂੰ ਆਪਾਂ ਬਰਦਾਸ਼ਤ ਰੱਖ ਅੱਗੇ ਵੀ ਥੈਂਕ ਯੂ ਸੋ ਮਚ ਜੀ ਅਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਕੰਗਰੈਚੁਲੇਸ਼ਨਸ ਬਹੁਤ ਥੈਂਕ ਯੂ ਸੋ ਮਚ ਜੀ ਥੈਂਕ ਯੂ ਵੈਰੀ ਮਚ ਜੀ ਕਿਵੇਂ ਲੱਗੀ ਆਪਣੀ ਫਿਲਮ ਦੇਖ ਕੇ ਮਜ਼ਾ ਆਇਆ ਸਵਾਦ ਆ ਗਿਆ ਵੀਰ ਸਾਹੋ ਜੀ ਜਾਣਾ ਹੈ ਉਹਨੇ ਔਰ ਮਜ਼ਾ ਆ ਗਿਆ ਹਾਂ ਪਿਆਰ ਨਹੀਂ ਮਿਲਿਆ ਆਪਕੋ ਕੋਈ ਬਾਤ ਨਹੀਂ ਫਿਰ ਮਿਲ ਜਾਏਗਾ ਕੌਨ ਸਾ ਪਿਆਰ ਜੋ ਕਰ ਰਹੇ ਤੇ ਪਿਆਰ ਲੋਗੋ ਕਾ ਚੀਜ਼ ਲੜਕੀਓ ਬਣੀ ਭਾਈ ਫਿਲਮ ਵਾਲੇ ਕਰੈਕਟਰ ਜੋ ਹੁੰਦੇ ਆ ਉਹ ਫਿਕਸ਼ਨਲ ਹੁੰਦੇ ਆ ਪਿਆਰ ਲੋਗੋ ਕਾ ਚੀਜ਼ ਇਨਕਾ ਚੀਜ਼ ਆਪਕਾ ਚੀਜ਼ ਥੈਂਕ ਯੂ ਸੋ ਮਚ ਥੈਂਕ ਯੂ ਸਰ ਥੈਂਕ ਯੂ ਤੇ ਫਾਈਨਲੀ ਸਾਡੇ ਨਾਲ ਵੈਰੀ ਗੋਰਜੀਅਸ ਸਨਾਕਸੀ ਮੈਮ ਕੀ ਹਾਲ ਚਾਲ ਹੈਲੋ ਵਧੀਆ ਜੀ ਤੁਸੀਂ ਦੱਸੋ ਕਿਵੇਂ ਲੱਗਾ ਹੋਇਆ ਆਪਣੀ ਫਿਲਮ ਦੇਖ ਕੇ ਬਹੁਤ ਚੰਗਾ ਲੱਗਾ ਬਹੁਤ ਬਹੁਤ ਵਧੀਆ ਲੱਗਾ ਤੁਹਾਡੀ ਪਹਿਲੀ ਫਿਲਮ ਸੀ ਨਹੀਂ ਦੂਜੀ ਫਿਲਮ ਸੀ ਪਹਿਲੀ ਮੇਰੀ ਸੀ ਗੈਂਗਸਟਰ ਵਰਸਸ ਸਟੇਟ ਕਪਿਲ ਬੱਤਰਾ ਪ੍ਰੋਡਕਸ਼ਨ ਸੀ ਹਾਂਜੀ ਤੁਸੀਂ ਕਪਿਲ ਬੱਤਰਾ ਜੀ ਦੇ ਨਾਲ ਹੀ ਕੰਮ ਕਰਦੇ ਹੋ ਹਾਂਜੀ ਉਹਨਾਂ ਨੇ ਚਾਂਸ ਦਿੱਤਾ ਮੌਕਾ ਦਿੱਤਾ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਤੇ ਫਿਰ ਕੀ ਚੱਲ ਰਿਹਾ ਇਸ ਮਾਈਂਡ ਦੇ ਵਿੱਚ ਜਦੋਂ ਅੱਜ ਫਿਲਮ ਰਿਲੀਜ਼ ਹੋਣ ਵਾਲੀ ਸੀ ਬਹੁਤ ਨਰਵਸਨੈਸ ਸੀ ਪਤਾ ਨਹੀਂ ਸੀ ਕਿ ਕਿੱਦਾਂ ਲੱਗੇਗੀ ਸਭ ਨੂੰ ਬਿਕੋਜ਼ ਪਹਿਲੀ ਮੂਵੀ ਜ਼ਿਆਦਾ ਲੋਕਾਂ ਦੇ ਵਿੱਚ ਪਹੁੰਚੀ ਨਹੀਂ ਸੀ ਅਤੇ ਇਹ ਵਾਲੀ ਨਾਲ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਸੀ ਮੇਰੀ ਕਿ ਚੰਗੀ ਜਾਵੇ ਅਤੇ ਆਰਿਆ ਬੱਬਰ ਦੇ ਨਾਲ ਤਾਂ ਬਹੁਤ ਨਰਵਸਨੈਸ ਸੀ ਕਿ ਪਤਾ ਨਹੀਂ ਮੈਂ ਕਿੱਦਾਂ ਦਾ ਕਰ ਪਾਊਂਗੀ ਮੈਂ ਮਤਲਬ ਬਹੁਤ ਨਰਵਸਨੈਸ ਸੀ ਮੇਰੀ ਆਰਿਆ ਬੱਬਰ ਭਾਈ ਨਾਲ ਕੈਮਿਸਟਰੀ ਬਹੁਤ ਸੋਹਣੀ ਲੱਗ ਰਹੀ ਸੀਗੀ ਉਸ ਚੀਜ਼ ਨੂੰ ਮੈਚਅਪ ਕਰਨ ਲਈ ਕੁਝ ਸਪੈਸ਼ਲ ਚੀਜ਼ਾਂ ਕੀਤੀਆਂ ਸੀ ਨਹੀਂ ਨਹੀਂ ਉਹਨਾਂ ਨੇ ਮੈਨੂੰ ਬਹੁਤ ਕੰਫਰਟੇਬਲ ਫੀਲ ਕਰਾਇਆ ਮਤਲਬ ਉਹਨਾਂ ਦੇ ਨਾਲ ਲੱਗਿਆ ਹੀ ਨਹੀਂ ਕਿ ਮੈਂ ਪਹਿਲੀ ਵਾਰ ਕੁਝ ਇਦਾਂ ਦਾ ਕਰਨ ਲੱਗੀ ਹਾਂ ਤੇ ਬਹੁਤ ਚੰਗਾ ਲੱਗਾ ਮੈਨੂੰ ਬਹੁਤ ਵਧੀਆ ਲੱਗਾ ਐਕਸ਼ਨ ਫਿਲਮ ਸੀਗੀ ਤੇ ਤੁਹਾਡਾ ਵੀ ਦਿਲ ਕੀਤਾ ਸੀ ਵੀ ਕਿਤੇ ਥੱਪੜ ਥੁੱਪੜ ਮਾਰਾਂ ਮੈਨੂੰ ਲੱਗਾ ਇੱਕ ਤਾਂ ਮਾਰਤਾ ਤੁਸੀਂ ਪਹਿਲੀ ਮੇਰੀ ਜਿਹੜੀ ਗੈਂਗਸਟਰ ਵਰਸਸ ਸਟੇਟ ਸੀ ਉਹਦੇ ਵਿੱਚ ਮੇਰਾ ਐਕਸ਼ਨ ਹੀ ਸੀ ਉਹਦੇ ਵਿੱਚ ਮੈਂ ਮਰਡਰ ਵੀ ਕਰਦੀ ਹਾਂ ਅਤੇ ਮਾਰਦੀ ਵੀ ਹਾਂ ਉਹਦੇ ਵਿੱਚ ਇਹ ਸੀ ਬਟ ਉਹ ਐਮਾਜ਼ੋਨ ਪ੍ਰਾਈਮ ਵਿੱਚ ਲੋਕ ਦੇਖ ਸਕਦੇ ਹੈ ਲੋਕ ਦੇਖ ਸਕਦੇ ਹੈ ਜੇ ਦੇਖਣਾ ਚਾਹੁਣ ਅਤੇ ਹੁਣ ਇਹਦੇ ਵਿੱਚ ਇੱਦਾਂ ਦਾ ਸੀਨ ਹੀ ਮੇਰਾ ਸ਼ਰਮੀਲੀ ਜੀ ਇੱਦਾਂ ਦਾ ਕੈਰੈਕਟਰ ਲੱਗ ਰਿਹਾ ਵੀ ਤੁਹਾਨੂੰ ਮਜ਼ਾ ਜ਼ਿਆਦਾ ਉਹਦੇ ਵਿੱਚ ਹੈ ਹੁਣ ਵੀ ਕਤਲ ਕਰਕੇ ਮਤਲਬ ਬਟ ਉਹ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਫਿਰ ਰੀਅਲ ਲਾਈਫ 'ਚ ਵੀ ਕਤਲ ਕਰ ਸਕਦੇ ਤੁਸੀਂ ਕਿਸੇ ਨਹੀਂ 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 ਮੈਂ ਬਿਲਕੁਲ ਅਲੱਗ ਹੈ ਰੀਅਲ ਲਾਈਫ 'ਚ ਹਾਂਜੀ ਅਤੇ ਕੰਗਰੈਚੁਲੇਸ਼ਨ ਵੰਸ ਅਗੇਨ ਅਤੇ ਬਹੁਤ ਮੁਬਾਰਕਾਂ ਅਤੇ ਬੈਸਟ ਆਫ ਲੱਕ ਥੈਂਕ ਯੂ ਜੀ ਅੱਜ ਕੀ ਹਾਲ ਚਾਲ ਆ ਠੀਕ ਹੈ ਭਾਈ ਬਹੁਤ ਵਧੀਆ ਹਾਲ ਚਾਲ ਹੈ ਜੀ ਕਿਵੇਂ ਲੱਗਾ ਫਿਰ ਅੱਜ ਗਾਂਧੀ ਫੇਰਾ ਅੱਜ ਬਹੁਤ ਖੁਸ਼ੀ ਹੋਈ ਸਰ ਆਰਿਆ ਬੱਬਰ ਵਰਗੇ ਆਰਟਿਸਟ ਨਾਲ ਸਕਰੀਨ ਸ਼ੇਅਰ ਕੀਤੀ ਟੀਨੂ ਵਰਮਾ ਜੀ ਨਾਲ ਸਕਰੀਨ ਸ਼ੇਅਰ ਕੀਤੀ ਬਹੁਤ ਵਧੀਆ ਲੱਗਿਆ ਭਾਜੀ ਇਹ ਡਰ ਕਿੰਨਾ ਕੁ ਹੁੰਦਾ ਜਦੋਂ ਆਪਾਂ ਐਡੀ ਵੱਡੀ ਸੈਲੀਬ੍ਰਿਟੀਜ਼ ਦੇ ਨਾਲ ਕੰਮ ਕਰਦੇ ਹਾਂ ਜਾਂ ਆਪਣੀ ਸਟਾਰਟਿੰਗ ਹੁੰਦੀ ਲਾਈਫ ਦੇ ਵਿੱਚ ਕੀ ਦਿਮਾਗ 'ਚ ਚੱਲਦਾ ਹੁੰਦਾ ਡਰ ਭਾਜੀ ਜਦੋਂ ਤੱਕ ਸੈੱਟ 'ਤੇ ਨਹੀਂ ਗਏ ਸੀ ਉਦੋਂ ਤੱਕ ਹੀ ਡਰ ਲੱਗਦਾ ਸੀਗਾ ਵੀ ਹਾਂ ਬੋਂਬੇ ਤੋਂ ਆਰਟਿਸਟ ਆ ਹਿੰਦੀ ਇੰਡਸਟਰੀ ਦਾ ਆਰਟਿਸਟ ਆ ਬਟ ਜਦੋਂ ਇਹਨਾਂ ਨਾਲ ਸਕਰੀਨ ਸ਼ੇਅਰ ਕੀਤੀ ਤਾਂ ਇੱਦਾਂ ਦਾ ਕੋਈ ਡਰ ਨਹੀਂ ਲੱਗਿਆ ਬਲਕਿ ਇਹਨਾਂ ਨੇ ਸਾਨੂੰ ਬਹੁਤ ਮਤਲਬ ਈਜ਼ੀ ਕਰਤਾ ਖੁਦ ਹੀ ਕੰਮ ਕਰਨ ਲਈ ਬਹੁਤ ਮਜ਼ਾ ਆਇਆ ਆਰਿਆ ਜੀ ਨਾਲ ਕੰਮ ਕਰਕੇ ਜਦੋਂ ਐਕਸ਼ਨ ਫਿਲਮਸ ਸ਼ੂਟ ਹੁੰਦੀਆਂ ਫਿਰ ਉਦੋਂ ਸੈੱਟ 'ਤੇ ਮਾਹੌਲ ਕਿੱਦਾਂ ਦਾ ਹੁੰਦਾ ਸੈੱਟ 'ਤੇ ਮਾਹੌਲ ਬਹੁਤ ਵਧੀਆ ਹੁੰਦਾ ਜੀ ਐਕਸ਼ਨ ਮੂਵੀ ਦੇ ਵਿੱਚ ਸਾਰੇ ਬੰਦੇ ਅਗਰੈਸਿਵ ਰਹਿੰਦੇ ਆ ਐਨਰਜੈਟਿਕ ਰਹਿੰਦੇ ਆ ਅਤੇ ਸਭ ਤੋਂ ਵੱਡੀ ਗੱਲ ਆ ਕਿ ਜਿਵੇਂ ਗਾਂਧੀ ਦੀ ਸੀਰੀਜ਼ ਆਈ ਆ ਆਪਣੀ ਅਗਲੀ ਪੰਜਾਬ ਦੇ ਲੋਕਾਂ ਨੇ ਇੱਕ ਡਰ ਸੀਗਾ ਕਿ ਪਹਿਲੇ ਗਾਂਧੀ ਨਾਲ ਤਾਂ ਕੰਪੇਅਰ ਕਰਦੇ ਸੀ ਬਟ ਅੱਜ ਆਰਿਆ ਜੀ ਨੇ ਸਾਬਤ ਕਰਤਾ ਕਿ ਇਹ ਪਹਿਲੇ ਗਾਂਧੀ ਤੋਂ ਵੀ ਕਿਤੇ ਮੈਨੂੰ ਬੈਟਰ ਲੱਗਿਆ ਕਰੈਕਟਰ ਬਹੁਤ ਐਨਰਜੈਟਿਕ ਕਰੈਕਟਰ ਲੱਗਿਆ ਆਰਿਆ ਜੀ ਦਾ ਅਤੇ ਤੁਹਾਨੂੰ ਆਪਣਾ ਕਰੈਕਟਰ ਤਾਂ ਕਿੱਦਾਂ ਦਾ ਲੱਗਾ ਫਿਰ ਮੈਨੂੰ ਆਪਣਾ ਕਰੈਕਟਰ ਵੀ ਵਧੀਆ ਲੱਗਿਆ ਜੀ ਬਾਕੀ ਆਡੀਅੰਸ ਦੱਸੂਗੀ ਜੀ ਅਤੇ ਗੁੱਜਰ ਸਿੰਘ ਵਰਗੇ ਫਾਦਰ ਮਿਲੇ ਜਿਹਨਾਂ ਦੀ ਬਾਅਦ 'ਚ ਐਡੇ ਦਮ ਆ ਫਿਰ ਉਹਨਾਂ ਨੇ ਅੱਖਾਂ 'ਚ ਅੱਖਾਂ ਮਿਲਾਉਣੀਆਂ ਬਿਲਕੁਲ ਸਰ ਬਿਲਕੁਲ ਬਹੁਤ ਮਜ਼ਾ ਆਇਆ ਉਹਨਾਂ ਨਾਲ ਕੰਮ ਕਰਕੇ ਸਰ ਅਤੇ ਥੈਂਕ ਯੂ ਸੋ ਮਚ ਭਾਅ ਜੀ ਅਤੇ ਬੈਸਟ ਆਫ ਲੱਕ ਵੀਰੇ ਜੀ ਥੈਂਕ ਯੂ ਸੋ ਮਚ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਫਿਰ ਅੱਜ ਦੇ ਦਿਨ ਅੱਜ ਤਾਂ ਜੀ ਫਿਲਮ ਦੇਖ ਕੇ ਬਹੁਤ ਦਿਲ ਖੁਸ਼ ਹੋਇਆ ਜੀ ਬਹੁਤ ਵਧੀਆ ਲੱਗਿਆ ਜੀ ਗਾਂਧੀ ਦਾ ਦੁਬਾਰਾ ਆਉਣਾ ਰੋਲ ਬਹੁਤ ਵਧੀਆ ਲੱਗਿਆ ਆ ਰਹੀ ਆ ਬੱਬਰ ਜੀ ਦਾ ਰੋਲ ਬਹੁਤ ਵਧੀਆ ਲੱਗਿਆ
ਫਿਲਮ ਦੇਖ ਕੇ ਮਤਲਬ ਦਿਲ ਖੁਸ਼ ਹੋ ਗਿਆ ਜੀ, ਬਹੁਤ ਵਧੀਆ ਲੱਗਿਆ। ਐਕਸ਼ਨ ਮੂਵੀਜ਼ ਜਿੱਦਾਂ ਬਹੁਤ ਘੱਟ ਆਉਂਦੀਆਂ ਪੰਜਾਬੀ 'ਚ ਹੁਣ ਬਣਨ ਲੱਗ ਪਈਆਂ, ਅਤੇ ਤੁਸੀਂ ਬਾਕੀ ਫਿਲਮਸ ਵੀ ਦੇਖਦੇ ਹੋਵੋਗੇ, ਅਤੇ ਐਕਸ਼ਨ ਇਸ ਫਿਲਮ ਦੇ ਐਕਸ਼ਨ ਦੇ ਵਿੱਚ ਕੀ ਖਾਸੀਅਤ ਲੱਗੀ? ਠੀਕ ਹੈ ਜੀ, ਮਤਲਬ ਬਹੁਤ ਵਧੀਆ ਲੱਗੀ ਜੀ। ਮਤਲਬ ਫਿਲਮ ਪਹਿਲਾਂ ਮਤਲਬ ਜ਼ਿਆਦਾ ਹੱਸ ਮਤਲਬ ਕਮੇਡੀ ਸਿਸਟਮ, ਬਹੁਤ ਦੇਰ ਬਾਅਦ ਇਹ ਫਿਲਮ, ਇਹ ਹਟ ਕੇ ਥੋੜ੍ਹੀ ਜਿਹੀ ਫਿਲਮ ਹੈ ਜੀ ਜਿਹੜੀ ਆਈ ਆ ਬਹੁਤ ਦੇਰ ਬਾਅਦ, ਪਰ ਬਹੁਤ ਵਧੀਆ ਲੱਗਿਆ, ਐਕਸ਼ਨ ਵੀ ਵਧੀਆ। ਹਿਸਾਬ ਨਾਲ ਵੀ ਯੂਥ ਨੂੰ ਕੀ ਸੁਨੇਹਾ ਦਊਗੇ ਇਹ ਫਿਲਮ? ਯੂਥ ਨੂੰ ਇਹੀ ਸੁਨੇਹਾ ਜੀ, ਪਹਿਲਾਂ ਤਾਂ ਇੱਕ ਨਸ਼ਾ ਜਿਹੜਾ ਹੈ ਉਹ ਪੰਜਾਬ 'ਚੋਂ ਖਤਮ ਹੋਣਾ ਚਾਹੀਦਾ ਜੀ, ਇਹੀ ਸੁਨੇਹਾ ਜੀ। ਮਤਲਬ ਨਸ਼ਾ ਖਤਮ ਹੋਣਾ ਚਾਹੀਦਾ, ਸਾਰਿਆਂ ਨੂੰ ਮਿਲ ਕੇ ਰਲ ਕੇ ਰਹਿਣਾ ਚਾਹੀਦਾ ਜੀ, ਇਹੀ ਸੁਨੇਹਾ ਜੀ। ਮਿਹਨਤ ਕਰੋ ਅਤੇ ਫਲ ਲਓ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸ਼ੁਕਰੀਆ ਬਹੁਤ। ਥੈਂਕ ਯੂ ਜੀ। ਅਤੇ ਇਹ ਸੀਗੀ ਜੀ ਸਪੈਸ਼ਲ ਸਕਰੀਨਿੰਗ ਆਫ ਫਿਲਮ ਗਾਂਧੀ ਫੇਰ ਆ ਗਿਆ। ਪੂਰੀ ਸਬਜੈਕਟ ਓਰੀਐਂਟਡ ਫਿਲਮ ਸੀ, ਜਿੱਦਾਂ ਕਿ ਲੋਕਾਂ ਨੂੰ ਐਕਸਪੈਕਟੇਸ਼ਨ ਸੀਗੀ ਕਿ ਇਹ ਫਿਲਮ ਕਿਸ ਬੇਸ 'ਤੇ ਹੋਊਗੀ, ਪੂਰੀ ਫਿਲਮ ਗਾਂਧੀ ਦੀ ਸੋਚ 'ਤੇ ਸੀ ਕਿ ਉਹ ਕਿਵੇਂ ਆਪਣੇ ਪਿੰਡ ਦੇ ਵਿੱਚੋਂ ਬੁਰਾਈਆਂ ਨੂੰ ਦੂਰ ਕਰਦਾ, ਕਿਵੇਂ ਨਸ਼ਿਆਂ ਨੂੰ ਖਤਮ ਕਰਦਾ, ਕਿੱਦਾਂ ਕੁੜੀਆਂ ਦੀ ਉਹ ਰੱਖਿਆ ਕਰਦਾ। ਖਾਸ ਗੱਲ ਸੀ ਕਿ ਆਰੀਆ ਬੱਬਰ ਜੀ ਦੇ ਫਾਦਰ ਵਨ ਐਂਡ ਓਨਲੀ ਰਾਜ ਬੱਬਰ ਇਸ ਫਿਲਮ ਦੀ ਸਪੈਸ਼ਲ ਸਕਰੀਨਿੰਗ ਉੱਪਰ ਆਏ, ਅਤੇ ਤੁਸੀਂ ਉਹਨਾਂ ਦੀਆਂ ਅੱਖਾਂ ਵਿੱਚ ਦੇਖ ਸਕਦੇ ਸੀ ਕਿ ਉਹਨਾਂ ਨੂੰ ਕਿੰਨਾ ਪ੍ਰਾਊਡ ਸੀਗਾ ਆਪਣੇ ਮੁੰਡੇ ਦੇ ਇਸ ਕੰਮ ਦੇ ਉੱਤੇ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਫਿਲਮ ਸਭ ਨੂੰ ਦੇਖਣੀ ਚਾਹੀਦੀ ਹੈ, ਫੈਮਿਲੀ ਓਰੀਐਂਟਡ ਫਿਲਮ। ਅਸੀਂ ਇਸ ਫਿਲਮ ਨੂੰ ਦਿੰਦੇ ਹਾਂ 5 ਵਿੱਚੋਂ 4 ਸਟਾਰ। ਡਾਇਰੈਕਟਰ ਸਾਹਿਬ ਨੇ ਕੰਮ ਬਹੁਤ ਸੋਹਣਾ ਕੀਤਾ, ਲੱਗ ਨਹੀਂ ਰਿਹਾ ਸੀ ਉਹਨਾਂ ਦੀ ਪਹਿਲੀ ਮੂਵੀ ਆ, ਅਤੇ ਕਹਾਣੀ ਦੀ ਪਕੜ ਬਹੁਤ ਸੋਹਣੀ ਸੀਗੀ, ਕਹਾਣੀ ਆਪਣੇ ਨਾਲ ਕਿਰਦਾਰਾਂ ਨੂੰ ਲੈ ਕੇ ਤੁਰਦੀ ਸੀ। ਤੁਸੀਂ ਵੀ ਦੇਖੋ ਇਸ ਫਿਲਮ ਨੂੰ, ਅਤੇ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਣਾ ਕਿਵੇਂ ਲੱਗੀ ਤੁਹਾਨੂੰ ਗਾਂਧੀ ਫੇਰ ਆ ਗਿਆ। ਦੇਖਦੇ ਰਹੋ ਪੰਜਾਬੀ ਟੇਸ਼ਨ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।